ਦਾਦੀ ਮਾਂ ਮਾਤਾ ਗੁਜਰੀ ਜੀ ਠੰਡੇ ਬੁਰਜ ਵਿੱਚ ਬੱਚਿਆਂ ਦੀ ਸੂਬੇ ਦੀ ਕਚਹਿਰੀ ਵਿੱਚ ਦੂਜੀ ਪੇਸ਼ੀ ਤੋਂ ਵਾਪਸ ਆਉਣ ਦੀ ਉਡੀਕ ਕਰਦੇ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰੀ ਜਾ ਰਹੇ ਨੇ। ਇੰਨੇ ਨੂੰ ਨੰਨੇ ਫਰਜ਼ੰਦ ਵਾਪਸ ਠੰਡੇ ਬੁਰਜਾਂ ਪਹੁੰਚੀ। ਦਾਦੀ ਮਾਂ ਨੇ ਦੋਹਾਂ ਨੂੰ ਕੁੱਟ ਕੇ ਆਪਣੀ ਛਾਤੀ ਦੇ ਨਾਲ ਲਾ ਲਿਆ। ਫਿਰ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀਆਂ ਨੇ ਕਚਹਿਰੀ ਵਿੱਚ ਸੂਬੇ ਨਾਲ ਹੋਏ ਸਵਾਲ ਜਵਾਬ ਬਾਰੇ ਦੱਸਣਾ ਕੀਤਾ। ਕਹਿਰ ਦੀ ਸਰਦੀ ਵਿੱਚ ਦਾਦੀ ਮਾਂ ਨੇ ਸਾਰੀ ਰਾਤ ਬੱਚਿਆਂ ਨੂੰ ਆਪਣੀ ਗੋਦ ਦਾ ਨਿੱਘ ਦਿੱਤਾ। ਪਰ ਦਾਦੇ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਦੀ ਚੜ੍ਹਦੀ ਕਲਾ ਦੀ ਸ਼ਹਾਦਤ, ਫਿਰ ਦਾਦੀ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀਆਂ ਦੀ ਗੈਰ ਧਰਮ ਨੂੰ ਬਚਾਉਣ ਲਈ ਦਿੱਤੀ ਸ਼ਹਾਦਤ ਅਤੇ ਸਿੰਘਾਂ ਦੀਆਂ ਜ਼ੁਲਮ ਖਿਲਾਫ ਕੀਤੀਆਂ ਕੁਰਬਾਨੀਆਂ ਤੋਂ ਜਾਣੂ ਕਰਵਾਇਆ। 13 ਪੋਹ ਦਾ ਦਿਨ ਚੜ੍ਹਿਆ। ਦਾਦੀ ਮਾਂ ਨੇ ਦੋਹਾਂ ਮਾਸੂਮਾਂ ਨੂੰ ਉਠਾਉਣਾ ਕੀਤਾ, ਨਿਤਨੇਮ ਸਰਵਣ ਕਰਵਾਇਆ, ਉਹਨਾਂ ਦੇ ਆਪਣੇ ਹੱਥੀਂ ਦੁਮਾਲੇ ਸਜਾ ਕੇ ਤਮਰ ਕੱਸੀ ਕੀਤੀ, ਲਾੜਿਆਂ ਦੀ ਤਰ੍ਹਾਂ ਸਜਾ ਦਿੱਤਾ। ਕਿਉਂਕਿ ਦਾਦੀ ਮਾਂ ਨੂੰ ਪਤਾ ਹੈ ਕਿ ਅੱਜ ਮੇਰੇ ਲਾਲ ਦੇ ਲਾਲ ਵਾਪਸ ਠੰਡੇ ਬੁਰਜ ਨਹੀਂ ਆਉਣਗੇ। ਇੰਨੇ ਨੂੰ ਸੂਬੇ ਦੇ ਸਿਪਾਹੀ ਠੰਡੇ ਬੁਰਜ ਸਾਹਿਬਜ਼ਾਦਿਆਂ ਨੂੰ ਲੈਣ ਲਈ ਆਣ ਪਹੁੰਚੇ। ਮਾਤਾ ਗੁਜਰੀ ਜੀ ਜਾਂਦੀ ਵਾਰੀ ਦੋਹਾਂ ਨੰਨੀਆਂ ਜਿੰਦਾਂ ਦੇ ਮੁੱਖ ਚੁੰਮੇ ਤੇ ਕੀ ਫਰਮਾਇਆ, ਮੇਰੇ ਪੁੱਤਰੋ ਧਰਮ ਤੇ ਸਿਦਕ ਮਹਿੰਗਾ, ਸਸਤੀ ਵਸਤ ਹੈ ਹੋਰ ਤਮਾਮ ਬੇਟਾ। ਮੇਰੇ ਪੁੱਤਰੋ ਧਰਮ ਤੇ ਸਿਦਕ ਮਹਿੰਗਾ, ਸਸਤੀ ਵਸਤ ਹੈ ਹੋਰ ਤਮਾਮ ਬੇਟਾ। ਤੁਹਾਡੇ ਦਾਦਾ ਜੀ ਦਿੱਲੀ ਕੁਰਬਾਨ ਹੋਈ, ਰੋਲ ਦੇਣਾ ਨਾ ਉਹਨਾਂ ਦਾ ਨਾਮ ਬੇਟਾ। ਜਨਮੇ ਤੁਸੀਂ ਆਜ਼ਾਦ, ਆਜ਼ਾਦ ਰਹਿਣਾ, ਜਿੰਦ ਹੋ ਜੇ ਭਾਵੇਂ ਨਿਲਾਮ ਬੇਟਾ। ਫਤਿਹ ਸਭਾ ਚ ਬੱਚਿਓ ਬੋਲਣੀ ਹੈ, ਕਰਨੀ ਕਿਸੇ ਨੂੰ ਨਹੀਂ ਸਲਾਮ ਬੇਟਾ। ਮਾਤਾ ਗੁਜਰੀ ਜੀ ਨੇ ਕੁੱਟ ਕੇ ਪਿਆਰ ਦਿੰਦਿਆਂ ਜਾਂਦੀ ਵਾਰ ਜੋ ਕਹਿਣਾ ਕੀਤਾ, ਉਹਨਾਂ ਹਾਲਾਤਾਂ ਦਾ ਵਰਣਨ ਬੀਬੀਆਂ ਦਾ ਢਾਡੀ ਜਥਾ ਉਹ ਕਰਵਾ ਰਹੇ।